subscribe to our youtube channel press the bell icon to get the latest up indian premier league ipl ਦੇ ਵਿੱਚ ਪੰਜਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਲਗਾਤਾਰ ਤੀਸਰੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ 17ਵੇਂ ਸੀਜ਼ਨ ਦੇ ਵਿੱਚ ਟੀਮ ਨੂੰ ਆਪਣੇ ਹੋਮ ਗਰਾਊਂਡ ਤੇ ਰਾਜਸਥਾਨ ਰਾਇਲ ਤੋਂ 6 ਵਿਕਟਾਂ ਦੇ ਨਾਲ ਹਾਰ ਪ੍ਰਾਪਤ ਹੋਈ ਹੈ ਹਾਰ ਮਿਲੀ ਹੈ ਰਾਜਸਥਾਨ ਦੀ ਇਹ ਸੀਜ਼ਨ ਦੀ ਤੀਜੀ ਜਿੱਤ ਰਹੀ ਸੋਮਵਾਰ ਨੂੰ ਮੁੰਬਈ ਦੇ ਵਾਂਖੜੇ ਸਟੇਡੀਅਮ ਦੇ ਵਿੱਚ ਮੁੰਬਈ ਨੇ ਪਹਿਲਾ ਬੈਟਿੰਗ ਕੀਤੀ ਅਤੇ ਫਿਰ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਨੂੰ ਨੁਕਸਾਨ ਤੇ 125 ਰਨ ਬਣਾਏ। 36 ਬੋਲਟ ਤੇ ਯੋਗਿੰਦਰ ਚਾਹਲ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮੁੰਬਈ ਦੇ ਤਿਲਕ ਵਰਮਾ ਨੇ 32 ਤੇ ਹਾਰਦਿਕ ਪਾਂਡਿਆ ਨੇ 34 ਰਨ ਬਣਾਏ। 126 ਰਨ ਦਾ ਟਾਰਗੇਟ 15.3 ਓਵਰਾਂ ਦੇ ਵਿੱਚ ਰਾਜਸਥਾਨ ਦੇ ਵੱਲੋਂ ਹਾਸਲ ਕਰ ਲਿਆ ਗਿਆ। ਟੀਮ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਰિયાન ਪਰਾਗ ਨੇ 50 ਲਗਾਈ ਇਹ 54 ਰਨ ਬਣਾ ਕੇ ਨਾਟ ਆਊਟ ਰਹੇ ਮੁੰਬਈ ਦੇ ਲਈ ਆਕਾਸ਼ ਮਥਵਾਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ ਜੇਕਰ ਗੱਲ ਕੀਤੀ ਜਾਵੇ ਸਭ ਦੇ ਵਿੱਚ ਜਿੱਥੇ ਇੱਕ ਪਾਸੇ ਵਾਰ-ਵਾਰ ਮੁੰਬਈ ਜਿਹੜੀ ਕਿ ਚੈਂਪੀਅਨ ਰਹੀ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਸਰੇ ਪਾਸੇ ਤਸਵੀਰਾਂ ਕੁਝ ਅਜਗੀਆਂ ਵੀ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲੀਆਂ ਜਦੋਂ ਇੱਕਦੋ ਇੱਕ ਪਾਸੇ ਫੈਨਸ ਦੇ ਵੱਲੋਂ ਹੋਟਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਵੱਲੋਂ ਆਪਣੇ ਅੰਦਾਜ਼ ਦੇ ਵਿੱਚ ਫੈਨਸ ਨੂੰ ਕਿਸ ਤਰ੍ਹਾਂ ਚੁੱਪ ਕਰਵਾਇਆ ਗਿਆ ਜਦੋਂ ਇੱਕ ਪਾਸੇ ਫੈਨਸ ਹਾਰਦਿਕ ਪਾਂਡਿਆ ਦੇ ਖਿਲਾਫ ਹੋਟਿੰਗ ਕਰਦੇ ਪਏ ਸਨ ਕੁਝ ਤਸਵੀਰਾਂ ਵਾਰਣ ਹੋਈਆਂ ਨੇ Indian Premier League IPL ਦੇ ਵਿੱਚ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਸ ਨੂੰ ਲਗਾਤਾਰ ਤੀਸਰੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਏ 17ਵੇਂ ਸੀਜ਼ਨ ਦੇ ਵਿੱਚ ਟੀਮ ਨੂੰ ਆਪਣੇ ਹੋਮ ਗਰਾਊਂਡ ਤੇ ਰਾਜਸਥਾਨ ਰਾਇਲ ਤੋਂ 6 ਵਿਕਟਾਂ ਦੇ ਨਾਲ ਹਾਰ ਪ੍ਰਾਪਤ ਹੋਈ ਹੈ ਹਾਰ ਮਿਲੀ ਹੈ ਰਾਜਸਥਾਨ ਦੀ ਇਹ ਸੀਜ਼ਨ ਦੀ ਤੀਜੀ ਜਿੱਤ ਰਹੀ ਸੋਮਵਾਰ ਨੂੰ ਮੁੰਬਈ ਦੇ ਵਾਂਖੜੇ ਸਟੇਡੀਅਮ ਦੇ ਵਿੱਚ ਮੁੰਬਈ ਨੇ ਪਹਿਲਾਂ بیٹنگ ਕੀਤੀ ਅਤੇ ਫਿਰ ਟੀਮ ਨੇ 20 ਓਵਰਾਂ ਦੇ ਵਿੱਚ 9 ਵਿਕਟਾਂ ਨੂੰ ਨੁਕਸਾਨ ਤੇ 125 ਰਨ ਬਣਾਏ। 트੍ਰੈਂਟ ਬੌਲਟ ਤੇ ਯੋਗਿੰਦਰ ਚਾਹਲ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਮੁੰਬਈ ਦੇ ਤਿਲਕ ਵਰਮਾ ਨੇ 32 ਤੇ ਹਾਰਦਿਕ ਪਾਂਡਿਆ ਨੇ 34 ਰਨ ਬਣਾਏ। 126 ਰਨ ਦਾ ਟਾਰਗੇਟ 15.3 ਓਵਰਾਂ ਦੇ ਵਿੱਚ ਰਾਜਸਥਾਨ ਦੇ ਵੱਲੋਂ ਹਾਸਲ ਕਰ ਲਿਆ ਗਿਆ। ਟੀਮ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਰિયાન ਪ੍ਰਾਗ ਨੇ 50 ਲਗਾਈ ਇਹ 54 ਰਨ ਬਣਾ ਕੇ ਨਾਟ ਆਊਟ ਰਹੇ ਮੁੰਬਈ ਦੇ ਲਈ ਆਕਾਸ਼ ਮਥਵਾਲ ਨੇ ਸਭ ਤੋਂ ਜ਼ਿਆਦਾ 3 ਵਿਕਟਾਂ ਲਈਆਂ ਜੇਕਰ ਗੱਲ ਕੀਤੀ ਜਾਵੇ ਸਭ ਦੇ ਵਿੱਚ ਜਿੱਥੇ ਇੱਕ ਪਾਸੇ ਵਾਰ-ਵਾਰ ਮੁੰਬਈ ਜਿਹੜੀ ਕਿ ਚੈਂਪੀਅਨ ਰਹੀ ਹੈ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਦੂਸਰੇ ਪਾਸੇ ਤਸਵੀਰਾਂ ਕੁਝ ਅਜਈਆਂ ਵੀ ਗਰਾਊਂਡ ਦੇ ਵਿੱਚ ਦੇਖਣ ਨੂੰ ਮਿਲੀਆਂ ਜਦੋਂ ਇੱਕਦੋ ਇੱਕ ਪਾਸੇ ਫੈਨਸ ਦੇ ਵੱਲੋਂ ਹੋਟਿੰਗ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਟੀਮ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਦੇ ਵੱਲੋਂ ਆਪਣੇ ਅੰਦਾਜ਼ ਦੇ ਵਿੱਚ ਫੈਨਸ ਨੂੰ ਕਿਸ ਤਰ੍ਹਾਂ ਚੁੱਪ ਕਰਵਾਇਆ ਗਿਆ ਜਦੋਂ ਇੱਕ ਪਾਸੇ ਫੈਨਸ ਹਾਰਦਿਕ ਪਾਂਡਿਆ ਦੇ ਖਿਲਾਫ ਹੋਟਿੰਗ ਕਰਦੇ ਪਏ ਸਨ ਕੁਝ ਤਸਵੀਰਾਂ ਵਾਰਣ ਹੋਈਆਂ ਨੇ